ਆਪਣੇ ਆਪਣੇ ਟੁਰੇ ਤੇ ਹਾਜਾਤ ਦੀ ਕਬੂਲੀਅਤ ਖਾਤਰ ਵੀ ਸਲਵਾਤ ਤਿਲਾਵਤ ਕਰੋ। ਬਾਰਵੇਂ ਸ਼ਹਿਨਸ਼ਾਹ ਵਲੀ ਉਲਾ ਸ੍ਰੀ ਮਾਮੇ ਜ਼ਮਾਨਾ ਦੀ ਆਮਦ ਸਲਾਮਤੀ ਵਾਸਤੇ ਜਿਤਨੇ ਹਾਜ਼ਰ ਬੈਠੇ ਹੋ ਵਾਜਿਬ ਸਮਝ ਕੇ ਉੱਚੀ ਸਲਵਾਤ ਪੜ੍ਹੋ। ਅੱਲਾਹੁਮਾ ਥੋੜੇ ਜਿਹੇ ਵਕਤ ਵਿੱਚ ਇੱਕ ਵਹਿਣੀ ਪੜ੍ਹਨੇ ਤੇ ਉਸ ਮਖਦੂਮਾ ਬੀਬੀ ਦਾ ਵਹਿਣ ਪੜ੍ਹਨਾ ਚਾਹੁੰਦਾ ਜੋ ਮੁਸਲਮਾਨਾਂ ਘਾਰੀ ਚਾਹ ਕੇ ਮਾਰ ਮਤਲਬ ਹੋ ਜਾਂਦੀ ਹੈ ਬੋਲ ਠੀਕ ਹੈ। ਚਾਲੀ ਕਬਰ ਬਣਾਈਏ ਅਲੀ ਮੌਲਾ ਮਦੀਨੇ ਮੁਹੰਮਦ ਦੀ ਥੀ ਅਲੀ ਮੌਲਾ ਦਫਨਾਇਆ ਨਹੀਂ ਮਦੀਨੇ ਦੇ ਮੁਸਲਮਾਨਾਂ ਤੋਂ ਲੁਕਾਇਆ ਬਲਾ ਤੇ ਜਿਹੜੇ ਹੈ ਕਰ ਕਰਾਉਂਦੇ ਪਾਇਓ ਜਦਾਂ ਦਫਨਾ ਕੇ ਬੋਲੇ ਲਵ ਸਮਝ ਆਵੇ ਤਾਂ ਹੈ ਜ਼ਰੂਰ ਕਰ ਛੋੜਨਾ ਜਿਹਨਾਂ ਦਫਨਾ ਕੇ ਬੋਲੇ ਤਾਂ ਹੀ ਗਲੀ ਦੇ ਮੋੜ ਤੇ ਆ ਕੇ ਅਲੀ ਮੌਲਾ ਡਿੱਠਾ ਤਾਂ ਹਸਨ ਪਿੱਛਾ ਖੜ ਗਏ ਫਰਮਾਇਆ ਹਸਨ ਮੇਰਾ ਲਾਲ ਘਰ ਨਹੀਂ ਜੁੜਨਾ ਅੱਜ ਬਾਬਾ ਤੁਸਾਂ ਲੱਗੇ ਵੰਜੋ ਤੇ ਮੈਂ ਵੱਲਾ ਮਾਰ ਕੇ ਆਵੇ ਸਾਂ ਆਖਰੀ ਅਦਾਰ ਤੱਕ ਫਰਮਾਇਆ ਮੇਰਾ ਲਾਲ ਹੀ ਗੱਲੀ ਚ ਕਿਉਂ ਨਾ ਜੁਲਦਾ ਵਹਿਣ ਕਰਕੇ ਆਦਾ ਬਾਬਾ ਹੀ ਗੱਲੀ ਠੀਕ ਜ਼ਾਲਿਮ ਦਾ ਘਰ ਜੈ ਮੇਰੇ ਦੇਦੇ ਮੇਰੀ ਮਾਂ ਤੇ ਹੱਥ ਚਾਇਆ ਤੇ ਬਾਬਾ ਤੇਰੀ ਕਸਮ ਜਦਾਂ ਦਾ ਊਂ ਹੱਥ ਚਾਇਆ ਹਾ ਵੱਤ ਅੰਮਾ ਹੱਥ ਨਾ ਚਾਇਆ ਆਖਰੀ ਲਾਉ ਤੋਂ ਬਾਅਦ ਇੱਕ ਮਾਤਾ ਮੌਲਾ ਵਹਿਣ ਇਮਾਮ ਹਸਨ ਕੋਲ ਪੁੱਛਿਆ ਕਿ ਆ ਮੌਲਾ ਤੇ ਵੱਡੀ ਤਕਲੀਫ ਕਦਾਂ ਥਈ ਕਿੱਥਾਂ ਥਈ ਜਿਹੜਾ ਤੇਰੇ ਬਾਬੇ ਕੋ ਰੱਬ ਲੱਗੀ ਹੈ ਤੇ ਤੇਰੇ ਬਾਬੇ ਦਾ ਸਰ ਤੇਰੀ ਝੋਲੀ ਤੜਪਦਾਰੀ ਆਈ ਫਰਮਾਇਆ ਜ਼ਰਬ ਤੋਂ ਜ਼ਿਆਦਾ ਮੈਂ ਕੋ ਆਪਣੇ ਬਾਬੇ ਅਲੀ ਦੇ ਸਰ ਦੇ ਤੜਪਣ ਤੋਂ ਜ਼ਿਆਦਾ ਮੈਂ ਹਸਨ ਨੂੰ ਵੱਡੀ ਤਕਲੀਫ ਉਹਲ ਥਈ ਹੈ ਜਦੋਂ ਮੁਸਲਮਾਨਾਂ ਮੇਰੇ ਸਾਹਮਣੇ ਮੇਰੀ ਮਾਂ ਕੋ ਮਾਰਾ ਮਾਤਮ ਲਵਾਣੇ ਜਿਤਨੇ ਮਾਤਮ ਬੈਠੇ ਹੋ ਹਾਸੀ ਨੇ ਤੇ ਸਰ ਤੇ ਰੱਖ ਛੁੜੇ ਮੇਰੀ ਸਾਇਣ ਬਾਬੇ ਦੀ ਕਬਰ ਤੇ ਆ ਖੜੀਏ ਤੇ ਕਬਰ ਤੇ ਜਾਣ ਕੇ ਇੱਕ ਵਹਿਣ ਕੀਤੀ ਤੜਾ ਦਰਬਾਰ ਧੀ ਤੜੀ ਦਿਗਰ ਜ਼ਿੰਦਗੀ ਮੁਕਾ ਬਾਬਾ ਹਾਲਤ ਦੇਖ ਉਜੜੀ ਤੜੇ ਦਰਬਾਰ ਵਿੱਚ ਮੈਦਾ ਭਲਾ ਥੀਵੇ ਤੇਰੇ ਵਹਿਣ ਚ ਮਾਤਮ ਪੈ ਕਰੇ ਦੇ ਹੋ ਡੂ ਵਹਿਣ ਪੜਨੇ ਤੇਰੇ ਮਾਤਮ ਬੈ ਕਿਉ ਸਰ ਦਾ ਮਾਤਮ ਕਰ ਛੁੜਾਏ ਆਜੇ ਬਾਬਾ ਤੂੰ ਮੇਰੇ ਦਰਵਾਜ਼ੇ ਤੇ ਰੁਕਦਾ ਹੋਏ ਮੈਂ ਪੁੱਛਦੀ ਆਏ ਬਾਬਾ ਤੂੰ ਰੁਕਦਾ ਕਿਉਂ ਏ ਤੁਸਾਂ ਫਰਮਾਇਆ ਮੇਰੀ
ਦੀ ਉਮਤ ਕੋਈ ਦਰਬਾਰ ਦਾ ਹਯਾ ਵਜਾ ਦੱਸੇ ਨਾ ਇਹੋ ਜਿਹਾ ਵਹਿਣ ਕੀਤਾ ਹੈ ਪੂਰਾ ਮਦੀਨਾ ਹਰ ਗਿਆ ਸਾਰੇ ਮਾਤਮ ਕਰੋ ਇਵੇਂ ਹੱਥ ਬਣਨੇ ਤੇਰੇ ਮਾਤਮ ਪਏ ਕਰੇ ਆਖਰੀ ਵਹਿਣੇ ਆਖਰੀ ਅਲਜਾਰ ਦਾ ਸਾਰੇ ਸਾਰਾ ਪੁਰਸਾ ਪੜ ਛੁੜਾਏ ਕਪਾਲ ਚ ਜਾਣ ਗਿਆ ਜੇ ਬਾਬਾ ਤੇਰੇ ਬਾਤ ਮੈਂ ਸੁਧਰੀ ਗੋਰਨਾ ਪਛਾਣਵੇ ਰਾਤੀ ਗੁਜ਼ਰ ਗਈਏ ਬਾਬਾ ਮੈਂ ਹੀ ਗਿੱਲਾ ਨਹੀਂ ਨਾ ਸੁਧੀ ਆ ਸਿਆ ਦਾਦਾ ਬੜੀ ਥੀ ਕਿਉਂ ਨਾ ਸੁਧੀ ਆ ਸਭੀ ਜਿਹੜੇ ਸਹਿਬਾਨ ਮਾਰ ਤਸ਼ਰੀਫ ਫਰਮਾਓ ਮਿਹਰਬਾਨੀ ਕਰਕੇ ਸਾਰੇ